ਹਾਂਜੀ ਦੋਸਤੋ ਮੈਂ ਤਰਸੇਮ ਸਿੰਘ ਮਠੜੂ ਦੇ ਨਾਲ ਪੰਜਾਬ نیوز ਚੈਨਲ ਦੀ ਅੱਜ ਸਵੇਰ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਨਾਲ ਹੀ ਗੱਲਬਾਤ ਕਰਾਂਗੇ ਪੰਜਾਬ ਸੂਬੇ ਦੀਆਂ ਸਵੇਰ ਦੀਆਂ ਵੱਡੀਆਂ ਖਬਰਾਂ ਤੇ ਖਬਰਾਂ ਨੂੰ ਸ਼ੁਰੂ ਕਰਦੇ ਪਹਿਲਾਂ ਇੱਕ ਵਾਰੀ ਨਜ਼ਰ ਝੋਣਵੀਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਜੀ ਕਿ ਝੋਨੇ ਦੀ ਪਰਾਲੀ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਸੀਆਈਐਸਸੀਈ ਨੇ 10ਵੀਂ ਤੇ 12ਵੀਂ ਕੰਪਾਰਟਮੈਂਟ ਦੇ ਇੰਪਰੂਵਮੈਂਟ ਪ੍ਰੀਖਿਆ ਦਾ ਨਤੀਜਾ ਕੀਤਾ ਜਾਰੀ ਪਾਈਪਾ ਗੁਣ ਦਿੱਤੀ ਕਿਸਾਨਾਂ ਨੂੰ ਤਮਕੀ ਬੈਲ ਲਾਗੂ ਰਹਿਣਗੇ ਅਸੀਂ ਨਹੀਂ ਡਰਦੇ ਧਰਨੇ ਤੋਂ ਖੇਤੀ ਕਰਨ ਅਤੇ ਵਿਸ਼ੇਸ਼ اجلاس ਮੌਕੇ ਭਾਰਤੀ ਕਿਸਾਨੀ ਯੂਨੀਅਨ ਨੇ ਵਿਧਾਨ ਸਭਾ ਦਾ ਕਿਰਾਆ ਕਰਨਾ ਕਿਸੇ ਤਸ ਲਈ ਮੁਲਤਵੀ ਕੀਤਾ ਕਾਂਗਰਸ ਦੀ ਲਿਸਟ ਵਿੱਚ ਨਵਜੋ ਸਿੱਧੂ ਦੀ ਐਂਟਰੀ ਕੈਪਟਨ ਆਊਟ ਏਟੀਆ ਵਿੱਚੋਂ 5000 ਤੋਂ ਜ਼ਿਆਦਾ ਪੈਸੇ ਕੱਢਣ ਤੇ ਲੱਗੇਗੀ ਵਾਧੂ ਫੀਸ ਧਰਨੇ ਤੇ ਬੈਠੇ ਕਿਸਾਨਾਂ ਨੇ ਕਿਹਾ ਮੁਹੰਮਦ ਸਦੀਕ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਵਿਸ਼ੇਸ਼ ਸੈਸ਼ਨ ਦਾ ਸਮਾਂ ਵਧਾਇਆ। ਅਹਿਮ ਖਬਰ ਹੁਣ ਵਿਦੇਸ਼ ਵਿੱਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5% ਦੀ ਟੈਕਸ। ਕਿਸਾਨ ਅੰਦੋਲਨ ਵਿਚਾਰੇ ਚੋਣੇ ਦੀ ਖਰੀਦ ਬਾਰੇ ਵੱਡਾ ਖੁਲਾਸਾ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡਾ ਬਿਆਨ ਆਇਆ ਸਾਹਮਣੇ। ਸਰਕਾਰੀ ਮੁਲਾਇਮ ਲਈ ਵੱਡੀ ਖੁਸ਼ਖਬਰੀ Maruti ਸਜੂਗੀ ਕਾਰਾਂ ਤੇ ਮਿਲੇਗੀ ਵਿਸ਼ੇਸ਼ ਛੋਟ। ਪੁਛਾਰੇ ਤੇ ਪ੍ਰਧਾਨ ਮੰਤਰੀ ਮੋਦੀ ਅਤੇ ਅੰਬਾਨੀ ਅਡਾਨੀ ਦੇ ਸਾਡੇ ਜਾਣਗੇ ਪਤਲੇ ਕਿਸਾਨ ਯੂਨੀਅਨ ਇੱਕ ਦੇ ਬਜਾਏ ਹੁਣ ਦੋ ਦਿਨਾਂ ਦਾ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ اجلاس ਤਾਂ ਦੋਸਤੋ ਇਸ ਕੀ ਆਪਣੇ ਸਮੇਂ ਲਿਆ ਚੌਂਮੀਆਂ ਖਬਰਾਂ ਐਸੇ ਨਾਲ ਹੀ ਗੱਲਬਾਤ ਕਰਦੇ ਆ ਜੀ ਪਹਿਲੀ ਵੱਡੀ ਖਬਰ ਦੀ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਜਿੰਨਾ ਦੋਸਤਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇੱਕ ਵਾਰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲੋ ਹਰ ਰੋਜ਼ ਇਸੇ ਤਰ੍ਹਾਂ ਦੀਆਂ ਨਵੀਆਂ ਤੇ ਤਾਜ਼ਾ ترین ਖਬਰਾਂ ਦੇਖਣ ਦੇ ਲਈ ਪਹਿਲੀ ਵੱਡੀ ਖਬਰ ਹੈ ਜੀ ਕਿ ਝੋਨੇ ਦੀ ਪਰਾਲੀ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਜੀ ਹਾਂ ਦੋਸਤੋ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਤੇ ਪੰਜਾਬ ਸਰਕਾਰ ਤੇ ਕਿਸਾਨ ਆ மோਸਾਂ ਬਣੇ ਹੋ ਗਏ ਨੇ ਇਸ ਮਸਲੇ ਨੂੰ ਲੈ ਕੇ ਕੱਲ ਪਿੰਡ ਭாக ਸਰ ਦੇ ਕਿਸਾਨਾਂ ਨੇ ਵੱਡਾ ਫੈਸਲਾ ਕੀਤਾ ਤੇ ਐਲਾਨ ਕਰ ਦਿੱਤਾ ਕਿ ਉਹ 19 ਅਕਤੂਬਰ ਤੋਂ ਦੁਪਹਿਰ 2 ਵਜੇ ਜਿਹੜੇ ਕਿ ਅੱਜ ਤੋਂ 2 ਵਜੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰਨਗੇ ਤੇ ਸਰਕਾਰਾਂ ਦੇ ਘੁਰਕੀ ਤੋਂ ਨਹੀਂ ਡਰਨਗੇ ਪਿੰਡ ਦੀ ਵੱਡੀ ਗੈਂਦੀ ਚ ਕਿਸਾਨ ਬਾਂਮੂ ਕੀ ਪੱਤੀ ਧਰਮਸ਼ਾਲਾ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਝੰਡੇ ਹੇਠੇ ਇਕੱਠੇ ਹੋਏ ਅਤੇ ਕਿਸਾਨਾਂ ਨੇ ਕਿਹਾ ਕਿ ਹੋਰ ਕੋਈ ਚਾਰਾ ਨਹੀਂ ਸੀ ਪੰਜਾਬ ਸਰਕਾਰ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਨਹੀਂ ਚੱਲਦੀ ਤੇ ਸਿਰਫ ਕਿਸਾਨਾਂ ਤੇ ਹੀ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇ ਰਹੀ ਹੈ ਅਗਲੀ ਵੱਡੀ ਖਬਰ ਹੈਗੀ ਹੈ ਜੀ ਕਿ CISCE ਨੇ 10ਵੀਂ ਅਤੇ 12ਵੀਂ ਦੇ ਕੰਪਾਰਟਮੈਂਟ ਤੇ ਇੰਪਰੂਵਮੈਂਟ ਪ੍ਰੀਖਿਆ ਦਾ ਨਤੀਜਾ ਕੀਤਾ ਜਾਰੀ ਸੀਆਈਐਸਸੀ 10th ਐਂਡ 12th ਕੰਪਾਰਟਮੈਂਟ ਰਿਜ਼ਲਟ 2020 ਆਈਐਸਸੀ ਅਤੇ ਆਈਐਸਈ ਕੰਪਾਰਟਮੈਂਟ ਦੇ ਇੰਪਰੂਵਮੈਂਟ ਪ੍ਰੀਖਿਆ 2020 ਦੇ ਨਤੀਜੇ ਐਲਾਨ ਕਰ ਦਿੱਤੇ ਗਏ ਨੇ ਕਾਉਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਨੇ ਨਤੀਜੇ ਅਧਿਕਾਰਤ ਵੈਬਸਾਈਟ ਤੇ ਜਾਰੀ ਕੀਤੇ ਨੇ ਜਿਹਦੇ ਵਿੱਚ ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਇਸ ਨੂੰ ਪੋਰਟਲ ਸਕਰੀਜ਼.org ਤੇ ਵਿਜ਼ਿਟ ਕਰਕੇ ਚੈੱਕ ਕਰ ਸਕਦੇ ਨੇ ਅਗਲੀ ਵੱਡੀ ਖਬਰ ਕੇ ਪਾਇਪ ਆਗੂ ਨੇ ਦਿੱਤੀ ਕਿਸਾਨਾਂ ਨੂੰ ਧਮਕੀ ਬਿੱਲ ਲਾਗੂ ਰਹਿਣਗੇ ਅਸੀਂ ਨਹੀਂ ਡਰਦੇ ਧਰਨਿਆਂ ਤੋਂ ਤਾਂ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਰੋਸ ਵਿੱਚ ਪਾਇਪ ਆਗੂ ਦਾ ਵਿਰੋਧ ਕੀਤਾ ਜਾ ਰਿਹਾ ਤੇ ਕੱਲ ਇੱਕ ਪਾਇਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਖੁੱਲ੍ਹੇ ਆਮ ਕਿਹਾ ਕਿ ਖੇਤੀ ਬਿੱਲਾ ਬਿਲਕੁਲ ਠੀਕ ਨਹੀਂ ਤੇ ਇਹ ਲਾਗੂ ਹੀ ਰਹਿਣਗੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਉਹਨਾਂ ਕਿਹਾ ਕਿ ਜੇ ਕਿਸੇ ਨੇ ਰੋਕਣਾ ਹੈ ਤਾਂ ਰੋਕ ਲਾਵੇ ਅਸੀਂ ਨਹੀਂ ਡਰਦੇ ਦਲਸਾ ਰਾਜਪੁਰਾ ਤੇ ਪਾਇਪਾ ਆਗੂ ਹਰਜੀਤ ਸਿੰਘ ਗਰੇਵਾਲ ਇੱਕ ਸੰਭਾਗ ਵਿੱਚ ਰਾਜਪੁਰਾ ਦੇ ਮਹਿੰਦਰ ਗੰਜ ਇਲਾਕੇ ਵਿੱਚ ਜੈਨ ਸਥਾਨ ਵਿਖੇ ਪਾਇਪਾ ਦਾ ਸੰਗ ਸਮਾਗਮ ਕਰਨ ਪਹੁੰਚੇ ਜਿੱਥੇ ਪੰਜਾਬ ਦੀਆਂ 30 ਕਿਸਾਨਾਂ ਜਿੱਥੇ ਬੰਦਿਆਂ ਨੇ ਕਿਸਾਨਾਂ ਨੇ ਵੀ ਉਹਨਾਂ ਦਾ ਵਿਰੋਧ ਕਰਨ ਲਈ ਭਾਰੀ ਗੇਂਦੀ ਵਿੱਚ ਇਕੱਠ ਕੀਤਾ ਕਿਸਾਨਾਂ ਵੱਲੋਂ ਹਰਜੀਤ ਗਰੇਵਾਲ ਖਿਲਾਫ ਨਾਰੇਬਾਜ਼ੀ ਕੀਤੀ ਗਈ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਭਾਏ ਭਾਗੂ ਹਰਜੀਤ ਗਰੇਵਾਲ ਆਪਣੀ ਇੰਟਰਵਿਊ ਵਿੱਚ ਕਿਸਾਨਾਂ ਨੂੰ ਅਤਵਾਦੀ ਅਤੇ ਕਿਸਾਨਾਂ ਦੇ ਪਿੱਠੂ ਦੱਸ ਕੇ ਸੰਬੋਧਿਤ ਕਰ ਰਹੇ ਸਨ ਅਗਲੇ ਵਾਰ ਦੀ ਖਬਰ ਕਿ ਖੇਤੀ ਕਾਨੂੰਨ ਤੇ ਵਿਸ਼ੇਸ਼ اجلاس ਮੌਕੇ ਭਾਰਤੀ ਕਿਸਾਨ ਯੂਨੀਅਨ ਨੇ ਵਿਧਾਨ ਸਭਾ ਦਾ ਘਰਾਹ ਕਰਨਾ ਇਸ ਲਈ ਮੁਲਤਵੀ ਕੀਤਾ ਜੀ ਹਾਂ ਦੋਸਤੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪੰਜਾਬ ਵਿਧਾਨ ਸਭਾ ਦਾ ਘਰਾਹ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ ਜਥੇਬੰਦੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਪੰਜਾਬ ਕੈਬਨਟ ਕਮੇਟੀ ਵੱਲੋਂ ਸੋਵਾਟਸਪ ਵੇਰੇ ਅਜਾ 10 ਵਜੇ 11 ਮੈਂਬਰੀ ਵਾਪਸ ਨੂੰ ਗੱਲਬਾਤ ਲਈ ਸੱਦਾ ਗਿਆ ਤੇ ਸੱਦਾ ਮੰਨਨ ਕਾਰਨ ਹੀ ਬੀਕੇ ਯੂਨ ਜਾਨੀ ਕਿ ਉਗਰਾਹਾਂ ਵੱਲੋਂ ਧਰਨੇ ਦੀ ਮਲਤਾਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਰਿਹਾ ਇਸ ਤੋਂ ਪਹਿਲਾਂ ਬੀ ਕੇ ਯੂਨਿਟ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਬਾਰੇ ਸੱਦੇ ਜਾ ਰਹੇ ਵਿਸ਼ੇਸ਼ اجلاس ਵਾਲੇ ਦਿਨ ਉਹ ਵਿਧਾਨ ਸਭਾ ਦਾ ਘੇਰਾਓ ਕਰਨਗੇ ਅਗਲੀ ਵੱਡੀ ਖਬਰ ਕਿ ਕਾਂਗਰਸ ਦੀ ਲਿਸਟ ਵਿੱਚੋਂ ਨਵਜੋਤ ਸਿੱਧੂ ਦੀ ਐਂਟਰੀ ਕੈਪਟਨ ਆਊਟਰ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗਾਇਬ ਨੇ ਹਟਾਇਸ ਲਿਸਟ ਵਿੱਚ ਕੈਪਟਨ ਨੂੰ ਤਾਂ ਥਾਂ ਹੀ ਨਹੀਂ ਮਿਲੀ ਪਰ ਗਾਂਦੇ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਅਤੇ ਕੈਪਟਨ ਖਿਲਾਫ ਸਟੈਂਡ ਲੈਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਥਾਂ ਜ਼ਰੂਰ ਮਿਲੀ ਅਤੇ ਕਾਂਗਰਸ ਹਾਈ ਕਮਾਂਡ ਨੇ ਮੱਧ ਪ੍ਰਦੇਸ਼ ਦੀਆਂ ਜਮਨੀ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਅਤੇ ਪਾਰਟੀ ਦੇ 30 ਅਗੂ ਨੂੰ ਇਹ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਤੇ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਨੂੰ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸੂਚੀ ਵਿੱਚ ਜਗ੍ਹਾ ਹੀ ਨਹੀਂ ਮਿਲੀ ਅਗਲੀ ਵੱਡੀ ਖਬਰ ਕਿ ਏਟੀਐਮ ਵਿੱਚੋਂ 5000 ਤੋਂ ਜ਼ਿਆਦਾ ਪੈਸੇ ਕਢਾਣ ਤੇ ਲੱਗੇਗੀ ਵਾਧੂ ਫੀਸ ਜੀ ਹਾਂ ਦੋਸਤੋ ਏਟੀਐਮ ਤੇ ਇੱਕ ਵਾਰ ਵਿੱਚ 5000 ਰੁਪਏ ਤੋਂ ਵੱਧ ਕਢਵਾਉਣ ਤੇ ਗਾਹਕ ਨੂੰ 24 ਰੁਪਏ ਤੱਕ ਦੇਣੇ ਪੈ ਸਕਦੇ ਨੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਏਟੀਐਮ ਤੋਂ 5000 ਰੁਪਏ ਕਢਵਾਉਣ ਲਈ ਇੱਕ ਵਾਧੂ ਫੀਸ ਜਿਹੜੀ ਪਵੇਗੀ ਤੇ ਇਹ ਤੁਹਾਡੇ ਮੁਫਤ 5 ट्रांजੈਕਸ਼ਨਾਂ ਵਿੱਚ ਸ਼ਾਮਲ ਨਹੀਂ ਹੋਵੇਗਾ ਜਿਸ ਲਈ ਤੁਹਾਨੂੰ ਵੱਖਰੀ ਰਕਮ ਦਾ ਭੁਗਤਾਨ ਕਰਨਾ ਹੋਵੇਗਾ ਇਹ ਉਦੋਂ ਹੀ ਲਾਗੂ ਹੋਵੇਗਾ ਜਦੋਂ ਤੁਸੀਂ ਏਟੀਐਮ ਤੋਂ 5000 ਤੋਂ ਵੱਧ ਕਢਵਾਉਂਦੇ ਹੋ एसएमए एटीएम ਤੋਂ 5 ਮੁਫਤ ट्रांजैक्शन ਕੀਤੇ ਜਾ ਸਕਦੇ ਨੇ ਇਸ ਤੋਂ ਬਾਅਦ ਜੇ ਇੱਕ ਹੀ ਮਹੀਨੇ ਵਿੱਚ ਵਧੇਰੇ ट्रांजैक्शन ਕੀਤੇ ਜਾ ਰਹੇ ਤਾਂ 6ਵੇਂ ट्रांजैक्शन ਦੀ ਕੀਮਤ 20 ਰੁਪਏ ਹੈ ਦਰਸਾਲ ਰੁਪਏ ਕਾਫੀ ਇੰਡੀਆ ਦੇ एटीएम ਫੀਸ ਦੀ ਸਮੀਖਿਆ ਲਈ ਬਣਾਈ ਗਈ ਕਮੇਟੀ ਨੇ ਆਪਣੀਆਂ ਸਿਫਾਰਸ਼ਾਂ ਸੌਪੀਆਂ ਨੇ ਅਸਲ ਵਿੱਚ ਜਿਹੜੇ एटीएम ਵਿੱਚ ਪੈਸੇ ਕਢਾਉਣ ਦੇ ਚਾਰजेस ਵਧਾ ਦਿੱਤੇ ਗਏ ਨੇ ਅਗਲੀ ਵੱਡੀ ਖਬਰ ਕਿ ਧਰਨਾ ਤੇ ਬੈਠੇ ਕਿਸਾਨਾਂ ਨੇ ਕਿਹਾ ਰਿਆ ਮੁਹੰਮਦ ਅਸਦੀਕ ਕੇਨਦਰ ਸਰਕਾਰ ਵੱਲੋਂ ਖੇਤੀ ਸਬੰਧੀ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦਾ ਦਿੱਲੀ ਰੋਪ ਭਖਦਾ ਹੀ ਜਾ ਰਿਹਾ ਹੈ ਭਾਵੇਂ ਨਾ ਕਾਨੂੰਨਾਂ ਦਾ ਸਿਆਸੀ ਲਾਹਾ ਲੈਣ ਤੋਂ ਕੋਈ ਵੀ ਸਿਆਸੀ ਪਾਰਟੀ ਪਿੱਛੇ ਨਹੀਂ ਨਜ਼ਰ ਆ ਰਹੀ ਪਰ ਹੁਣ ਇਹ ਮਹਿਸੂਸ ਹੋਣ ਲੱਗਿਆ ਕਿ ਜਿਵੇਂ ਕਿਸਾਨਾਂ ਦਾ ਬਹੁਤ ਸਾਰੀਆਂ ਹੀ ਸਿਆਸੀ ਪਾਰਟੀਆਂ ਕੋਲੋਂ ਭੰਗ ਹੋ ਗਿਆ ਹੋਵੇ ਇਸੇ ਗੱਲ ਨੂੰ ਕੱਲ ਪਿੰਡ ਲੱਡਾ ਦੇ ਕਿਸਾਨਾਂ ਨੇ ਸੱਚ ਕਰ ਵਿਖਾਇਆ ਉਹ ਜਦੋਂ ਉੱਥੋਂ ਲੱਗੇ ਜਾ ਰਹੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੂੰ ਵੇਖ ਕੇ ਕਿਸਾਨਾਂ ਨੇ ਉਹਨਾਂ ਦੀ ਗੱਡੀ ਘੇਰ ਕੇ ਉਹਨਾਂ ਕੋਲੋਂ ਸਵਾਲ ਕਰਨਾ ਸ਼ੁਰੂ ਕਰ ਦਿੱਤੇ ਤੇ ਇਸ ਮੌਕੇ ਕਿਸਾਨਾਂ ਨੇ ਨਾਰੇਬਾਜੀ ਵੀ ਕੀਤੀ ਅਤੇ ਇਸ ਬਾਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਕਿਸਾਨ ਮਹਾਬਜ਼ ਦੀ ਕੋਲੋਂ ਉਹਨਾਂ ਵੱਲੋਂ ਦਿੱਲੀ ਵਿੱਚ ਕਿਸਾਨ ਦੇ ਹੱਕ ਵਿੱਚ ਨਾ ਬੋਲਣ ਬਾਰੇ ਪੁੱਛ ਰਹੇ ਨੇ ਅਗਲੀ ਵੱਡੀ ਖਬਰ ਹੈ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਵਿਸ਼ੇਸ਼ ਚਸ਼ਨ ਦਾ ਸਮਾ ਵਧਾਇਆ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਪੰਜਾਬ ਸਰਕਾਰ ਵੱਲ ਸੱਜ ਕੇ 19 ਅਕਤੂਬਰ ਜੜ ਕੇ ਅੱਜ ਦੇ ਵਿਸ਼ੇਸ਼ اجلاس ਦਾ ਸਮਾਂ ਵਧਾ ਦਿੱਤਾ ਗਿਆ ਸੋਮਵਾਰ ਨੂੰ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੁਣ 1 ਦਿਜਾਏ 2 ਦਿਨ ਚੱਲੇਗਾ ਤੇ ਸੂਤਰਾਬਤਾ ਕ ਸੈਸ਼ਨ ਨੂੰ 2 ਦਿਨਾਂ ਤੱਕ ਵਧਾਉਣ ਦਾ ਫੈਸਲਾ ਸੋਵਾਰ ਨੂੰ ਹੋਣ ਵਾਲੀ ਕਮਕਾ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਰਸਮੀ ਤੌਰ ਤੇ ਲਿਆ ਜਾਵੇਗਾ ਤੇ ਸਰਕਾਰੀ ਸੂਤਰਾਂ ਨੇ ਕਿਹਾ ਕਿ 2 ਦਿਨਾਂ ਦੇ ਵਿਸ਼ੇਸ਼ ਸੈਸ਼ਨ ਵਿੱਚ 1 ਦਿਨ ਖੇਤੀ ਬਿੱਲ ਤੇ ਬਹਿਸ ਲਈ ਰਾਖਵਾਂ ਰੱਖਿਆ ਜਾਵੇਗਾ ਇਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਓ ਜਾਲੇ ਪਲੇਠੀ ਮੀਟਿੰਗ ਮੇਸਟਰ ਰਹੇ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਪ੍ਰਮਾਣ ਕਰਦਿਆ ਪੰਜਾਬ ਦਾ ਸਭਾ ਦਾ ਵਿਸ਼ੇਸ਼ اجلاس ਬੁਲਾਉਂਦਾ ਐਲਾਨ ਕੀਤਾ ਸੀ ਅਗਲੀ ਵੱਡੀ ਖਬਰ ਕਿ ਹੁਣ ਵਿਦੇਸ਼ ਵਿੱਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5% ਦੀ ਟੈਕਸ ਜੀਹਾਂ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਕਿ ਭਾਰਤ ਵਿੱਚੋਂ ਵਿਦੇਸ਼ਾਂ 'ਚ ਫੀਸਾਂ ਭਰਨ ਵਾਲੇ ਵਿਦਿਆਰਥੀਆਂ ਤੇ ਭਾਰਤ ਸਰਕਾਰ ਨੇ ਨਵਾਂ ਬੋਝ ਪਾ ਦਿੱਤਾ ਇਸ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਤੇ ਗੁਜਰਾਤ ਨੂੰ ਹੋਣ ਵਾਲਾ ਕਿਉਂਕਿ ਸਭ ਤੋਂ ਵੱਧ ਵਿਦਿਆਰਥੀ ਪੰਜਾਬ ਤੇ ਗੁਜਰਾਤ ਤੋਂ ਬਾਹਰ ਦੇਸ਼ਾਂ ਦੀ ਪੜ੍ਹਾਈ ਕਰਨ ਜਾਂਦੇ ਨੇ ਤਾਂ ਭਾਤ ਸਰਕਾਰ ਨੇ ਫਾਈਨੈਂਸ ਐਕਟ 2020 ਚ ਧਾਰਾ 206 ਦੇ ਤਹਿਤ ਵਿਦੇਸ਼ ਪੈਸੇ ਭੇਜਣ ਦੇ 5% TCS ਲਗਾ ਦਿੱਤਾ ਹੈ ਏ ਟੈਕਸ LRS ਤਹਿਤ ਵਿਦੇਸ਼ ਭੇਜੇ ਜਾਣ ਵਾਲੇ ਪੈਸੇ ਤੇ ਲੱਗੇਗਾ ਤੇ ਦੱਸਦੇ ਕਿ 1 1 ਅਕਤੂਬਰ 2020 ਤੋਂ ਲਾਗੂ ਹੋ ਗਿਆ ਹੈ ਅਗਲੀ ਵੱਡੀ ਖਬਰ ਕਿ ਕਿਸ਼ਤਾਨ ਅੰਦੋਲਨ ਵਿਚਾਲੇ ਝੋਨੇ ਦੀ ਖਰੀਦ ਬਾਰੇ ਵੱਡਾ ਖੁਲਾਸਾ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਵਿਚਾਲੇ ਝੋਨੇ ਦੀ ਖਰੀਦ ਬਾਰੇ ਵੱਡਾ ਖੁਲਾਸਾ ਹੋਇਆ ਪੰਜਾਰ ਦੀਆਂ ਮੰਡੀਆਂ ਵਿੱਚ ਦੂਜੇ ਸੂਬੇ ਦਾ ਝੋਨਾ ਵੇਚਣ ਲਈ ਆ ਰਿਹਾ ਹੈ ਤੇ ਇਸ ਬਾਰੇ ਸੂਹ ਲੱਗਣ ਮਗਰੋਂ ਕਿਸਾਨ ਜਥੇਬੰਦੀਆਂ ਹਰਕਤ ਵਿੱਚ ਆ ਗਈਆਂ ਨੇ ਤਾਂ ਮਾਲਵੇ ਦੇ ਜ਼ਿਲ੍ਹੇ ਮ ਜਲਾ ਮਕਸਰ ਸੰਗਰੂਰ ਫਿਦਕੋਟ ਤੇ ਪਟਿਆਲਾ ਅੰਦਰ ਕਿਸਾਨਾਂ ਨੇ ਕਈ ਟਰੱਕ ਰੋਕੇ ਜਿਨ੍ਹਾਂ ਵਿੱਚ ਦੂਜੇ ਰਾਜਾਂ ਦਾ ਝੋਨਾ ਸੀ ਦਰਸਲ ਉੱਤਰ ਪ੍ਰਦੇਸ਼ ਵਿੱਚ ਤੋ ਨੇ ਦਾ ਭਾਅ ਕਾਫੀ ਘਟਮ ਰਿਹਾ ਤੇ ਇਸ ਲਈ ਸਥਾਨਕ ਵਪਾਰੀ ਤੇ ਚੌਲ ਮੇਲਾ ਵਾਲੇ ਤੁਰੰਤ ਪੈਸਾ ਕਮਾਉਣ ਲਈ ਦੂਜੇ ਰਾਜਾਂ ਤੋਂ ਫਸਲ ਖਰੀਦ ਰਹੇ ਨੇ ਇਸ ਪ੍ਰਕਿਰਿਆ ਵਿੱਚ ਪੰਜਾਬ ਸਰਕਾਰ ਦੇ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਇਸ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਅਗਲੀ ਵੱਡੀ ਖਬਰ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡਾ ਬਿਆਨ ਆਇਆ ਸਾਹਮਣੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੱਲ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ ਤਾ ਇਹ ਵਿਸ਼ੇਸ਼ اجلاس ਦੋ ਦਿਨਾਂ ਦਾ ਹੋਵੇਗਾ ਤੇ ਸੈਸ਼ਨ ਦੇ ਪਹਿਲੇ ਦਿਨ ਕਿਸਾਨਾਂ ਦੇ ਖੇਤੀ ਬਿਲਾ ਨੂੰ ਲੈ ਕੇ ਚਰਚਾ ਕੀਤੀ ਜਾਵਗੀ ਸਬੰਧੀ ਕਾਂਗਰਸੀ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਅੱਜ ਇਹਨਾਂ ਖੇਤੀ ਬਿਲਾ ਨੂੰ ਪੰਜਾਬ ਵਿਧਾਨ ਸਭਾ ਵਿੱਚ ਰੱਦ ਕੀਤਾ ਜਾਵੇਗਾ ਤੇ ਉਹ ਕਿਸੇ ਵੀ ਕੀਮਤ ਤੇ ਕਿਸਾਨਾਂ ਦਾ ਸਾਥ ਨਹੀਂ ਛੱਡਣਗੇ ਤਾਂ ਸੁਨੀਲ ਜਾਖੜ ਨੇ ਹੋਰ ਵੀ ਕਿਹਾ ਕਿ ਸੰਵਧਾਨਿਕ ਕਮੀਆਂ ਕਰਨ ਜੇਕਰ ਉਹਨਾਂ ਨੂੰ ਡਿਸਮਿਸ ਵੀ ਕਰ ਦਿੱਤਾ ਜਾਂਦੇ ਤਾਂ ਉਹਨਾਂ ਨੂੰ ਇਸ ਗੱਲ ਦਾ ਪੂਰਾ ਵੀ ਅਫਸੋਸ ਨਹੀਂ ਹੋਵੇਗਾ ਪਰ ਉਹ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਤੇ ਹੋਰ ਰਹੀ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕਰਨਗੇ ਅਗਲੇ ਵੱਡੀ ਖਬਰ ਕਿ ਸਰਕਾਰੀ ਮੁਲਾਇਮਾਂ ਲਈ ਵੱਡੀ ਖੁਸ਼ਖਬਰੀ Maruti ਸਜੂ ਕੀ ਕਾਰਾਂ ਤੇ ਮਿਲ ਰਹੀ ਹੈ ਵਿਸ਼ੇਸ਼ ਛੋਟ ਸਰਕਾਰੀ ਮੁਲਾਇਮਾਂ ਲਈ ਵੱਡੀ ਖੁਸ਼ਖਬਰੀ ਹੈ ਜੀ ਕਿ Maruti ਸਜੂ ਕੀ ਕਾਰਾਂ ਤੇ ਮੌਜੂਦਾ ਸਮੇਂ ਮਿਲ ਰਹੀ ਛੋਟ ਤੋਂ ਇਲਾਵਾ ਸਰਕਾਰੀ ਮੁਲਾਇਮਾਂ ਨੂੰ 11000 ਰੁਪਏ ਤੱਕ ਦੀ ਹੋਰ ਵਿਸ਼ੇਸ਼ ਛੋਟ ਮਿਲੇਗੀ ਅਤੇ Maruti ਸਜੂ ਕਿਰੇ ਸਰਕਾਰੀ ਮੁਲਾਇਮਾਂ ਲਈ ਐਤਵਾਰ ਨੂੰ ਵਿਸ਼ੇਸ਼ ਪੇਸ਼ਕਸ਼ ਦੀ ਘੋਸ਼ਣਾ ਕੀਤੀ ਹੈ ਇਸ ਵਿਸ਼ੇ ਸ਼ੋਰ ਦਾ ਫਾਇਦਾ ਜਨਤਕ ਖੇਤਰ ਦੇ ਕਰਮਚਾਰੀਆਂ ਤੇ ਉਹਨਾਂ ਦੇ પતિ-ਪਤਨੀ ਪੁਲਿਸ ਮੁਲਾਜ਼ਮ ਅਤੇ ਸੁਰੱਖਿਆ ਬਲਾਂ ਸਮੇਤ ਸੂਬਾ ਸਰਕਾਰਾਂ ਦੇ ਵਿਭਾਗ ਲੈ ਸਕਦੇ ਨੇ ਤਾਂ ਕੰਪਨੀ ਨੇ ਕਿਹਾ ਕਿ ਸ਼ੋਰ ਮਾਰਨ ਦੇ ਹਿਸਾਬ ਨਾਲ ਵਕ ਵਕ ਹੋਵੇਗੀ ਤੇ ਮਾਰੂਤੀ ਸੋ ਜੋ ਕਿ ਇੰਡੀਆ ਐਮ ਐਸ ਆਈ ਦੇ ਕਾਰਜਕਾਰੀ ਨਿਰਦੇਸ਼ ਮਾਰਕੀਟਿੰਗ ਅਤੇ ਸੇਲ ਦੇ ਸ਼ਾਸਕ श्री वास्तव ਨੇ ਕਿਹਾ ਕਿ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਖਰਤਕਾਰ ਮੰਗ ਨੂੰ ਮੁੜ ਸਜੀਤ ਕਰਨ ਲਈ ਕਈ ਦਲੇਰਾਨਾ ਕਦਮ ਚੁੱਕੇ ਦਾ ਆਰਥਿਕ ਤੌਰ 'ਤੇ ਹੋਰ ਹੁਲਾਰਾ ਦੇਣਾ ਅਤੇ ਹਾਂ ਪੱਕੀ ਮਾਹੌਲ ਪੈਦਾ ਕਰਨਾ ਸਾਡਾ ਸਭ ਦਾ ਫਰਜ ਹੈ। ਅਗਲੀ ਵੱਡੀ ਖਬਰ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਅਬਾਨੀ ਅਡਾਨੀ ਦੇ ਸਾਰੇ ਜਾਣਗੇ ਪੁੱਤਲੇ ਕਿਸਾਨ ਜੂਨੀਅਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਤੇ ਬਿਲੀ ਸੋਧ ਐਕਟ 2020 ਦੇ ਵਿਰੋਧ ਵਿੱਚ ਕੱਲ 25ਵਾਂ ਦਿਨ ਰੋਈ ਪਰ ਰੇਲਵੇ ਟ랙 ਤੇ ਬੱਠੇ ਕਿਸਾਨ ਮਜ਼ਦੂਰਾਂ ਨੇ ਕੁਛ ਨਾ ਕੀਤੀ ਕਿ 25 ਅਕਤੂਬਰ ਦੇ ਖਾਰੇ ਵਾਲੇ ਦਿਨ ਕਿਸਾਨ ਮਜ਼ਦੂਰ ਪੰਜਾਬ ਪਰਵ 800 ਤੋਂ ਵੱਧ ਪਿੰਡਾਂ ਵਿੱਚ ਇਸ ਵਾਰ ਪ੍ਰਧਾਨ ਮੰਤਰੀ ਨરેન્દ્ર મોદી ਆਬਾਨੀ ਅਡਾਨੀਆਂ ਤੇ મોદી ਦੇ ਸਮਰਥਕ ਉਦਯੋਗਪਤੀਆਂ ਦੇ ਪ੍ਰਲੇਸਾਰਨ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਿਸਾਨ ਨੇਤਾ ਰਣਵੀਰ ਸਿੰਘ ਠੱਠਾ ਬਲਵਿੰਦਰ ਸਿੰਘ ਲੋਕਾ ਅਤੇ ਸੁਰਿੰਦਰ ਸਿੰਘ ਆਦਨੇ ਕਿਹਾ ਕਿ ਪ੍ਰਧਾਨ ਮੰਤਰੀ ਨરેન્દ્ર મોદી ਵੱਲੋਂ ਪਾਸ ਕੀਤੇ ਗਏ ਕਾਲੇ ਕਿਸਾਨ ਵਿਰੋਧੀ ਕਾਨੂੰਨ ਦੇਸ਼ ਦੀ ਕਿਸਾਨੀ ਅਤੇ ਕਿਸਾਨਾਂ ਨੂੰ ਬਰਬਾਦ ਕਰਨ ਵਾਲੇ ਨੇ ਅਗਲੀ ਵੱਡੀ ਖਬਰ ਇੱਕ ਦੀ بجائے ਹੁਣ 2 ਦਿਨਾਂ ਦਾ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ اجلاس ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੁਣ 2 ਦਿਨਾਂ ਦਾ ਹੋਵੇਗਾ ਜੇਕਰ ਜੋਗਾ ਕਿ ਵਿਰੋਧੀ ਪਾਰਟੀਆਂ ਸਰਕਾਰ ਤੋਂ ਵਿਧਾਨ ਸਭਾ اجلاس ਦਾ ਸਮਵਿਧਾਨ ਦੀ ਮੰਗ ਕਰ ਰਹੀਆਂ ਹਨ ਇਸੇ ਦੌਰਾਨ ਪੰਜਾਬ ਕੈਬਨਟ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕਿਸੇ ਵੀ ਤਰ੍ਹਾਂ ਦਾ ਵਿਧਾਨਕ ਜਾਂ ਕਾਨੂੰਨੀ ਫੈਸਲਾ ਲੈਣ ਦੇ ਅਧਿਕਾਰ ਮੁੱਖ ਮੰਤਰੀ ਕੈਪਟਨ ਅਨੰਦ ਸਿੰਘ ਨੋਨ ਦਿੱਤੇ ਨੇ ਤਾਂ ਹੁਣ ਜਿਹੜਾ ਵਿਸ਼ੇਸ਼ اجلاس ਜੀ 2 ਦਿਨਾਂ ਦਾ ਹੁਕਮ ਦਿੱਤਾ ਗਿਆ ਤਾਂ ਦੋਸਤੋ ਇਸੇ ਕੀ ਆਪਣੀਆਂ ਅੱਜ ਦਿਨ ਭਰ ਦੀਆਂ ਵਿਸ਼ੇਸ਼ ਖਬਰਾਂ ਇਸੇ ਨਾਲ ਹੀ ਆਪਣੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਾਂਗੇ ਅਗਲੇ ਦਿਨ ਦੀਆਂ ਨਵੀਆਂ ਖਬਰਾਂ ਨਾਲ ਹੁਦ ਲਈ ਇੰਨਾ ਹੀ ਧੰਨਵਾਦ